ਇਹਦੇ ਵਿੱਚ ਦੇਖੋ ਅਸੀਂ ਸਰਪੰਚ ਕਾਲ ਸਿੰਘ ਨੂੰ ਫੜੀ ਰੱਖ ਕੇ ਐਕਸੀਡੈਂਟ ਹੁੰਦੇ ਆ, ਅਸੀਂ ਚੱਕ ਕੇ ਦਿਲਜੀਤ ਡਾਕਟਰ ਨੂੰ ਖੁਦ ਲੈ ਕੇ ਜਾਂਦੇ ਰਹੇ ਹਾਂ। ਸਾਨੂੰ ਬੜੀ ਪਰੇਸ਼ਾਨੀ ਹੈ, ਪੱਥਰ ਉੱਡਦਾ, ਸਾਡੀਆਂ ਗੱਡੀਆਂ ਦਾ ਨੁਕਸਾਨ ਹੁੰਦਾ, ਪੱਥਰ ਸਿੱਧਾ ਟਾਇਰ ਥੱਲੋਂ ਨਿਕਲਦਾ ਅਤੇ ਸ਼ੀਸ਼ੇ ਨੂੰ ਵੱਜਦਾ ਹੈ। ਉਹ ਦੇਖ ਲਓ ਅਜੇ ਗੱਡੀ ਖੜੀ, ਮੌਕੇ 'ਤੇ ਮੌਜੂਦਾ ਗੱਡੀ ਖੜੀ ਹੈ। ਕਿੰਨੀ ਦੇਰ ਤੋਂ ਕਿੰਨੀ ਦੇਰ ਤੋਂ ਇਹ ਦੇਖ ਲਓ ਕਮ ਸੇ ਕਮ 6 ਮਹੀਨੇ 7 ਹੋ ਚੁੱਕੇ ਜੋ ਸਿਵਰੇਜ ਪਾਇਆ ਨੇ, ਉਸ ਤੋਂ ਬਾਅਦ ਜਿਤਨੇ ਪੱਥਰ ਵੀ ਪਾਇਆ, ਕਿਹੜੇ ਟੋਆ ਨਹੀਂ ਭਰੇ, ਅਸੀਂ ਖੁਦ ਪੱਥਰ ਲਿਆ ਲਿਆ ਜਲਦੀ ਗੱਡੀ ਦੇ ਉੱਤੇ ਪੱਥਰ ਪਾਉਂਦੇ। ਸੜਕ ਕਿੰਨੀ ਦੇਰ ਤੋਂ ਟੁੱਟੀ ਹੈ? ਸੜਕ ਨੂੰ 6-7 ਮਹੀਨੇ ਹੋ ਚੱਲੇ ਜੀ, ਕਮ ਸੇ ਕਮ 6-7 ਮਹੀਨੇ। ਕੀ ਮੰਗ ਕਰਦੇ ਤੁਸੀਂ? ਅਸੀਂ ਮੰਗਦੇ ਵੀ ਇਹ ਜੀ ਪੱਥਰ ਪਏ, ਲੁੱਕ ਪੈ ਜਾਵੇ, ਬੱਜਰੀ ਪੈ ਜਾਵੇ, ਰੋਡ ਠੀਕ ਬਣ ਜਾਵੇ ਅਤੇ ਪਰੇਸ਼ਾਨੀ ਸਾਡੀ ਖਤਮ ਹੋ ਜਾਵੇ, ਜਨਤਾ ਦੀ ਵੀ ਪਰੇਸ਼ਾਨੀ ਖਤਮ ਹੋ ਜਾਵੇ। ਇਹ ਨਹੀਂ ਇਸੇ ਚਾਹੁੰਦੇ ਵੀ ਅਸੀਂ ਆਪਦੇ ਵਾਸਤੇ ਚਾਹੁੰਦੇ ਹਾਂ। ਸਾਰਾ ਦਿਨ ਪਾਣੀ ਛਿੜਕਦੇ ਹਾਂ, ਰੋਜ਼ 2-2 ਟਾਈਮ ਅਸੀਂ ਪਾਣੀ ਛਿੜਕਦੇ ਹਾਂ ਵੀ ਚਲੋ ਧੂੜ ਜਿਹੜੀ ਘਰਾਂ ਦੇ ਵਿੱਚ ਉਹ ਕਿੱਥੇ ਤੱਕ ਜਾ ਕੇ, ਸਾਰੀ ਪਬਲਿਕ ਹੀ ਪਰੇਸ਼ਾਨ ਆ। ਠੀਕ, ਇਹ ਨਹੀਂ ਹੈ ਅਸੀਂ ਤਾਂ ਜ਼ਿਆਦਾ ਜੋ ਮੌਕੇ 'ਤੇ ਹਾਂ, ਜੇ ਕੋਈ ਡਿੱਗ ਪੈਂਦਾ ਅਸੀਂ ਚੱਕਦੇ ਹਾਂ, ਚੱਕੇ ਨਾਲ ਜਾਂਦੇ ਯਾਰ ਤਮਾਸ਼ਾ ਵਿਕਦੇ, ਅਤੇ ਕਿਸੇ ਨੇ ਅੱਜ ਤੱਕ ਨਹੀਂ ਦੇਖਿਆ ਕਿਸੇ ਨੇ ਵੀ ਸੜਕ ਬਾਰੇ ਸੋਚਿਆ ਕਿਸੇ ਵੀ। ਇਹ ਮਿਨਿਸਟਰ ਵੀ ਲੰਘ ਰਿਹਾ, ਸਾਰੇ ਲੰਘ ਰਹੇ, ਆਰਮੀ ਏਰੀਆ ਲੰਘ ਰਹੀ, ਕਿਹੜਾ ਨਹੀਂ ਲੰਘਦੇ ਰੋਡ ਤੋਂ, ਸਾਰੀ ਪਬਲਿਕ ਲੰਘਦੀ। ਸਰ ਕਿੱਥੇ ਰਹਿੰਦੇ ਜੀ? ਇੱਥੇ ਹੀ ਰਹਿੰਦੇ ਆ, ਆਪਣੀ ਵਰਕਸ਼ਾਪ ਵਿੱਚ। ਇਹ ਸੜਕ ਜਿਹੜੀ ਕਿੰਨੀ ਦੇਰ ਤੋਂ ਟੁੱਟੀ ਹੈ? ਇਹ ਸੜਕ ਟੁੱਟੀ ਨੂੰ ਤਾਂ ਘੱਟੋ ਘੱਟ ਵੀ 3-4 ਸਾਲ ਹੋ ਗਏ ਆ, ਉਸ ਤੋਂ ਬਾਅਦ ਇਹਨਾਂ ਨੇ ਆ ਪੱਥਰ ਪਾਇਆ ਹੈ, ਜੋ ਕਿ ਪੱਥਰਾਂ ਦਾ ਇੰਨਾ ਬੁਰਾ ਹਾਲੇ ਵੀ ਸਾਡੇ 2 ਵਾਰੀ ਤਾਂ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ ਆ, 2 ਵਾਰ ਗੱਡੀਆਂ ਦੇ ਸ਼ੀਸ਼ੇ ਟੁੱਟੇ, ਆਪਦੇ ਕੋਲੋਂ ਵੀ ਹਰਜਾਨਾ ਭਰਿਆ ਹੈ, ਆਹ ਦੁਬਾਰਾ ਧੂੜ ਮਿੱਟੀ ਉੱਡਦੀ ਹੈ, ਪਾਣੀ ਸੁੱਟੀ ਦਾ ਬੁਰਾ ਹਾਲ ਹੈ ਧੂੜ ਨਾਲ। ਆਹ ਤੁਸੀਂ ਪਿਛਲੇ ਘਰਾਂ ਦੇ ਉੱਤੇ ਜਾ ਕੇ ਦੇਖ ਲਓ ਕਿ ਲੋਕ ਖੰਘ ਨਾ ਮਰ ਰਹੇ ਆ, 3-4 ਮਹੀਨਿਆਂ ਤੋਂ ਆਹ ਪੱਥਰ ਪਾਇਆ ਹੋਇਆ ਹੈ, ਕੋਈ ਇਹਦੀ ਸੁਣਵਾਈ ਹੋਈ ਕੋਈ ਐਕਸੀਡੈਂਟ ਕੇਸ ਵੀ ਇੱਥੇ? ਇੱਥੇ ਵੇਖੋ ਜੀ ਰੋਜ਼ਾਨਾ ਹੀ ਕਿਸੇ ਨੂੰ ਸੱਟਾਂ ਵੱਜਦੀਆਂ ਨੇ, ਕਿਸੇ ਦਾ ਜੇ ਜਾਲੀ ਮਾਲੀ ਨੁਕਸਾਨ ਤੋਂ ਬਚਾ ਹੈ ਅਤੇ ਹੋ ਸਕੇ ਕਿਸੇ ਦਿਨ ਜੇ ਜ਼ਿਆਦਾ ਹਾਦਸਾ ਵਾਪਰ ਗਿਆ ਤਾਂ ਕੌਣ ਜ਼ਿੰਮੇਵਾਰ ਹੈ? ਲੀਡਰ ਨੂੰ ਜਾਂ ਕਿਸੇ ਨੂੰ ਤੁਸੀਂ ਕਿਹਾ ਹੈ? ਅਸੀਂ ਨਾ ਵੇਖੋ ਜੀ ਕਿਸੇ ਨੂੰ ਨਹੀਂ ਕਿਹਾ, ਅਸੀਂ ਤਾਂ ਇੱਥੋਂ ਲੰਘਦੇ ਆ, ਸਾਰੇ ਲੰਘ ਜਾਂਦੇ ਆ, ਇਹਨੂੰ ਕੋਈ ਬਣਾ ਰਿਹਾ ਹੀ ਨਹੀਂ। ਮੇਨ ਰੋਡ ਹੈ ਜੋ ਅੰਮ੍ਰਿਤਸਰ ਜਲੰਧਰ ਨੂੰ ਜੋੜਦਾ ਹੈ, ਇਹਦੀ ਕੋਈ ਸੁਣਵਾਈ ਕਾਹਦੀ ਨਹੀਂ। ਕਿਹੜਾ ਐਮਸੀ ਤੁਹਾਡੇ ਇੱਥੋਂ ਦਾ? ਇੱਥੋਂ ਦਾ ਐਮਸੀ ਆਪਣਾ ਪਿੰਕੀ ਹੈ ਜੀ, ਉਹ ਐਮਐਲਏ ਹੋ ਰਿਹਾ ਦਾ। ਹਾਂਜੀ, ਐਮਸੀ ਕਿਹੜਾ ਤੁਹਾਡੇ ਮਹੱਲੇ ਦਾ? ਮਹੱਲੇ ਦਾ ਸਰਪੰਚ ਹੀ ਜੀ, ਇਹ ਪਿੰਡ ਦਾ ਰਕਵਾ ਪਿੰਡ ਵਾਲੇ ਸਰਪੰਚ ਰੋਜ਼ ਲੰਘ ਰਹੇ ਜੀ, ਕਾਜ ਸਿੰਘ ਨੂੰ ਵੀ ਕਿਹਾ, ਇਹ ਸਾਰਿਆਂ ਨੂੰ ਕਿਹਾ, ਪਰ ਕੋਈ ਸੁਣਵਾਈ ਨਹੀਂ ਹੁੰਦੀ ਹੋ ਰਹੀ। ਕੀ ਮੰਗ ਕਰ ਰਹੇ ਜੀ? ਮੰਗ ਅਸੀਂ ਕੋਈ ਨਹੀਂ ਕਰ ਰਹੇ, ਅਸੀਂ ਆਨੇ ਰੋਡ ਬਣ ਜਾਵੇ, ਐਵੇਂ ਪੱਥਰ ਜਦੋਂ ਨਿਕਲਦਾ ਏ ਵੱਜਦਾ ਗੋਲੀ ਨਾਲ ਭੈਰਾ ਵੱਜਦਾ ਏ, ਇਹਦੀ ਕੋਈ ਸੁਣਵਾਈ ਹੋਵੇ।